ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਇੱਕ ਡੋਗ ਲੈ ਕੇ ਆਏ ਹਾਂ ਫੀਮੇਲ ਸਟਰਲਾਈਜੇਸ਼ਨ ਲਈ। ਤੁਸੀਂ ਦੇਖ ਸਕਦੇ ਹੋ ਇਸ ਡੋਗ ਨੂੰ, ਜੋ ਕਿ ਆਪਾਂ ਐਕਟੀਵਾ 'ਤੇ ਆਏ ਹੋਏ ਨੇ ਲੋਹਾਰਕਾ ਰੋਡ 'ਤੇ ਸਟਰਲਾਈਜੇਸ਼ਨ ਕਰਾਉਣ ਲਈ। ਇਸ ਡੋਗ ਨੂੰ ਤੁਸੀਂ ਦੇਖ ਪਾ ਰਹੇ ਹੋ ਅਤੇ ਅੱਜ ਆਪਾਂ ਇਹਦੀ ਸਟਰਲਾਈਜੇਸ਼ਨ ਕਰਾਵਾਂਗੇ ਕਿ ਆਪਾਂ ਫਰੀ ਆਫ ਕੋਸਟ ਕਰਵਾਉਂਦੇ ਹਾਂ ਸਟਰਲਾਈਜੇਸ਼ਨ। ਅਤੇ ਪਾਪੂਲੇਸ਼ਨ ਮੇਨ ਸਾਡਾ ਮੋਟਿਵ ਇਹੀ ਆ ਕਿ ਆਪਾਂ ਵੱਧ ਤੋਂ ਵੱਧ ਪਾਪੂਲੇਸ਼ਨ ਘਟਾ ਸਕੀਏ, ਜੋ ਕਿ ਡੋਗਸ ਦੀ। ਅਤੇ ਜਦੋਂ ਬੱਚੇ ਹੁੰਦੇ ਆ ਲੋਕ ਮਾਰਦੇ ਆ, ਕਈ ਫੀਡ ਕਰਦੇ ਆ, ਕੋਈ ਡੋਗ ਲਵਰ ਆ ਜਾਂ ਕੋਈ ਨਹੀਂ ਆ। ਬਸ ਇਹ ਸਾਡਾ ਮੇਨ ਮਕਸਦ ਇਹੀ ਆ ਕਿ ਆਪਾਂ ਸਟਰਲਾਈਜੇਸ਼ਨ ਕਰਾਈਏ ਅਤੇ ਪਾਪੂਲੇਸ਼ਨ ਘਟਾਈਏ। ਅਤੇ ਤੁਹਾਡੇ ਮਤਲਬ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਲੋਕਾਂ ਨੂੰ ਪਤਾ ਲੱਗੇ ਕਿ ਆਪਾਂ ਨਾਮ ਨਹੀਂ ਆਉਂਦਾ, ਲੋਕਾਂ ਨੂੰ ਪਤਾ ਲੱਗ ਸਕਦੇ ਆ ਕਿ ਸਟੇ ਡੋਗ ਦੀ ਸੇਵਾ ਕਰਦੇ ਹਾਂ ਫਰੀ ਆਫ ਕੋਸਟ, ਜੋ ਕਿ ਸਾਡੀ ਐਨ ਜੀ ਓ ਹੈ ਸਟੇ ਡੋਗ ਲਵਰ ਐਸੋਸੀਏਸ਼ਨ ਦੇ ਨਾਮ 'ਤੇ ਹੈ ਜਿਹੜੀ, ਹਾਂ ਇਹਦੇ ਨੂੰ ਮੰਨਣਾ ਅਤੇ ਆਪਾਂ ਇਹਨਾਂ ਦੀ ਸੇਵਾ ਕਰ ਪਾਈਏ ਬੇਜ਼ੁਬਾਨ ਜਾਨਵਰਾਂ ਦੀ। ਇਹੀ ਹੱਥ ਜੋੜ ਕੇ ਬੇਨਤੀ, ਦੇਖ ਸਕਦੇ ਹੋ ਡੋਗਸ ਨੂੰ ਆਪਾਂ ਲਿਆਏ ਹਾਂ, ਜੈਕਟੀਵਾ 'ਤੇ ਲਿਆਏ ਨੇ, ਨਾਲ ਅੱਗੇ ਲੜਕਾ ਹੈ। ਇਸ ਕਰਕੇ ਆਪਾਂ ਧੰਨਵਾਦ ਸਾਰਿਆਂ ਦਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਹੱਥ ਜੋੜ ਕੇ।